ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਅੱਜ ਨਾ ਅਸੀਂ ਤੁਹਾਨੂੰ ਇੱਕ ਵੀਡੀਓ ਕਲਿੱਪ ਦਿਖਾਵਾਂਗੇ। ਉਹ ਵੀਡੀਓ ਕਲਿੱਪ ਬਣਾਈ ਆ ਕਰਮਜੀਤ ਅਨਮੋਲ ਬਾਈ ਨੇ ਅਤੇ ਬਣਾਈ ਆ ਸਪੈਸ਼ਲ ਰਾਜੂ ਵਰਮਾ ਵੀਰੇ ਦੇ ਘਰ ਜਾ ਕੇ। ਬਹੁਤ ਲੋਕਾਂ ਦੇ ਮੈਸੇਜ ਆਉਂਦੇ ਆ ਵੀ ਅਸੀਂ ਫਿਲਮ ਦੀਆਂ ਕਹਾਣੀਆਂ ਲਿਖਦੇ ਹਾਂ ਜਾਂ ਸੌਂਗਸ ਲਿਖਦੇ ਹਾਂ ਅਤੇ ਸਾਨੂੰ ਮੌਕਾ ਦਿੱਤਾ ਜਾਵੇ। ਰਾਜੂ ਵਰਮਾ ਕੌਣ ਨਹੀਂ ਜਾਣਦਾ ਉਹਨੂੰ, ਆਇਆ ਹੁਣ 10 ਅਪ੍ਰੈਲ ਨੂੰ ਗੋਲ ਗੱਪੇ ਆ ਰਹੀ ਆ, ਉਹਦੇ ਵਿੱਚ ਵੀ ਡਾਇਲੋਗ ਰਾਈਟਰ ਆ ਉਹ। ਉਹਨਾਂ ਦੇ ਘਰ ਜਾ ਕੇ ਕਰਮਜੀਤ ਅਨਮੋਲ ਜੀ ਨੇ ਇੱਕ ਵੀਡੀਓ ਬਣਾਈ। ਉਹ ਇੱਦਾਂ ਲੱਗ ਰਿਹਾ ਸੀ ਕਿ ਇੱਕ ਲਾਇਬ੍ਰੇਰੀ ਦੇ ਵਿੱਚ ਪਹੁੰਚ ਗਿਆ। ਕਰਮਜੀਤ ਅਨਮੋਲ ਬਾਈ ਨੇ ਉਸ ਵੀਡੀਓ ਵਿੱਚ ਦੱਸਿਆ ਵੀ ਕਿ ਮੈਨੂੰ ਲੱਗਦਾ ਕਿ ਮੈਂ ਕਿਸੇ ਲਾਇਬ੍ਰੇਰੀ ਦੇ ਵਿੱਚ ਆ ਗਿਆ। ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ, ਤੁਸੀਂ ਵੀਡੀਓ ਦੇਖੋ। ਲਓ ਵੀ ਅੱਜ ਮੈਂ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗਾ। ਆਹ ਚੀਜ਼ਾਂ ਦੇਖੋ ਕੀ ਹੈ ਇਹ, ਆਹ ਦੇਖੋ, ਇਹ ਦੇਖੋ ਕੋਈ ਦਫ਼ਤਰ ਦਾ ਰਿਕਾਰਡ ਨਹੀਂ, ਇੱਕ ਬੰਦੇ ਦਾ ਰਿਕਾਰਡ ਹੈ ਆ ਰਾਜੂ ਵਰਮੇ ਦਾ। ਇਹਦੀਆਂ ਸਕ੍ਰਿਪਟਾਂ ਨੇ ਪਤੰਦਰ ਥੋਕ ਦੇ ਭਾਈ ਦੇ ਲੱਗਿਆ। ਆਹ ਦੇਖੋ ਕਮਾਲ ਆ, ਬੰਦੇ ਨੇ ਪੂਰੀਆਂ ਚਿਣ ਰੱਖੀਆਂ, ਇੰਨੀਆਂ ਲਾਇਬ੍ਰੇਰੀ 'ਚ ਕਿਤਾਬਾਂ ਨਹੀਂ ਹੁੰਦੀਆਂ ਜਿੰਨੀਆਂ ਇਹਦੀਆਂ ਸਕ੍ਰਿਪਟਾਂ ਨੇ। ਚਲੋ ਪਰਮਾਤਮਾ ਕਰੇ ਹਿੱਟ ਹੋਣ ਵੀਰ ਦੀਆਂ ਫਿਲਮਾਂ। ਇਹਨੂੰ ਕਹਿੰਦੇ ਆ ਪੈਸ਼ਨ, ਇਹਨੂੰ ਕਹਿੰਦੇ ਆ ਲਗਨ, ਇਹਨੂੰ ਕਹਿੰਦੇ ਆ ਜਜ਼ਬਾ। ਇੱਕ ਰਾਈਟਰ, ਇੱਕ ਕਹਾਣੀਕਾਰ ਜਿਹੜਾ ਰੀਅਲ ਦੇ ਵਿੱਚ ਕੁਛ ਕਰਨਾ ਚਾਹੁੰਦਾ ਉਹ ਕੰਮ ਇਸ ਤਰ੍ਹਾਂ ਕਰਦਾ। ਤੁਸੀਂ ਦੇਖਿਆ ਵੀ ਕਿੰਨੀਆਂ ਸਾਰੀਆਂ ਸਕ੍ਰਿਪਟਸ ਉਹਨੇ ਲਿਖ ਕੇ ਰੱਖੀਆਂ ਹੋਈਆਂ। ਹੁਣ ਆਪਣੇ ਕੋਲ ਬਹੁਤ ਸਾਰੇ ਲੋਕ ਆਉਂਦੇ ਆ, ਆਪਾਂ ਨੂੰ ਕਹਿੰਦੇ ਮੈਂ ਕਹਾਣੀ ਲਿਖੀ ਆ, ਕਹਾਣੀ ਲਿਖੀ ਆ, ਲਿਖਿਆ ਇੱਦਾਂ ਲਿਖਿਆ, ਉਹ ਲਿਖਿਆ। ਇੱਕ ਕਹਾਣੀ ਸੁਣਾਉਂਦੇ ਆ, ਦੋ ਸੁਣਾਉਂਦੇ, ਤਿੰਨ ਸੁਣਾਉਂਦੇ ਆ, ਪਰ ਰਾਜੂ ਵਰਮਾ ਭਾਜੀ ਨੂੰ ਸਲਾਮ ਆ ਕਿ ਉਹਨਾਂ ਨੇ ਇੰਨੀਆਂ ਕਹਾਣੀਆਂ ਲਿਖ ਕੇ ਰੱਖੀਆਂ। ਮੈਂ ਤਾਂ ਸੋਚ ਨਹੀਂ ਸਕਦਾ ਕਿ ਉਹਨਾਂ ਨੇ ਕਿੰਨਾ ਟਾਈਮ ਲਾ ਕੇ ਇੰਨੀਆਂ ਕਹਾਣੀਆਂ ਨੂੰ ਲਿਖਿਆ ਹੋਊਗਾ। ਹੁਣ ਉਹਨਾਂ ਕੋਲ ਆਪ ਸੋਚੋ ਵੀ ਕਿੰਨਾ ਮੈਟਰ ਹੋਊਗਾ ਸੁਣਾਉਣ ਲਈ, ਜਦੋਂ ਉਹਨਾਂ ਦੇ ਕੋਲ ਕੋਈ ਪ੍ਰੋਡਿਊਸਰ ਜਾਂ ਐਕਟਰ ਆਉਂਦਾ ਹੋਊਗਾ ਕਹਾਣੀ ਦੇ ਲਈ। ਇਸ ਕਰਕੇ ਸਾਰਿਆਂ ਨੂੰ ਇਹ ਮੈਸੇਜ ਜਾਂਦਾ ਆ ਕਿ ਆਪਣਾ ਕੰਮ ਇੰਨੀ ਪਰਪੱਕਤਾ ਦੇ ਨਾਲ ਕਰੋ, ਇੰਨੀ ਮਿਹਨਤ ਦੇ ਨਾਲ ਕਰੋ ਕਿ ਕਿਉਂਕਿ ਜਦੋਂ ਕੋਈ ਤੁਹਾਡੇ ਕੋਲ ਆਵੇ ਤਾਂ ਤੁਹਾਨੂੰ ਉਹਨੂੰ ਖਾਲੀ ਹੱਥੀ ਮੋੜਨਾ ਨਾ ਪਵੇ, ਤੁਹਾਡੇ ਕੋਲ ਕੁਛ ਨਾ ਕੁਛ ਜ਼ਰੂਰ ਹੋਵੇ ਉਹਨੂੰ ਦੇਣ ਦੇ ਲਈ, ਅਤੇ ਉਹ ਚੀਜ਼ ਪਰਪੱਕ ਹੋਣੀ ਚਾਹੀਦੀ ਹੈ। ਰਾਜੂ ਵਰਮਾ ਵੀਰੇ ਨੂੰ ਸਲਾਮ ਆ ਅਤੇ ਕਰਮਜੀਤ ਅਨਮੋਲ ਭਾਈ ਨੂੰ ਉਦੋਂ ਵੱਧ ਕੇ ਸਲਾਮ ਆ ਕਿ ਉਹਨਾਂ ਨੇ ਉਹਨਾਂ ਦੀ ਇਸ ਮਿਹਨਤ ਨੂੰ ਸਾਰੀ ਆਡੀਅੰਸ ਨੂੰ, ਸਾਰੇ ਵਿਊਰਸ ਨੂੰ ਦਿਖਾਇਆ। ਅਤੇ ਸਾਡੇ ਵੱਲੋਂ ਰਾਜੂ ਵਰਮਾ ਭਾਜੀ ਨੂੰ ਲੱਖ ਲੱਖ ਮੁਬਾਰਕਾਂ ਉਹਨਾਂ ਦੀਆਂ ਆਉਣ ਵਾਲੀਆਂ ਸਾਰੀਆਂ ਫਿਲਮਾਂ ਲਈ। ਅਤੇ ਉਹਨਾਂ ਨੇ ਇੱਕ ਏਮ ਸੈੱਟ ਕੀਤਾ ਆਪਣੀ ਲਾਈਫ ਦੇ ਵਿੱਚ, ਅਤੇ ਹਰ ਇੱਕ ਬੰਦੇ ਲਈ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਕਿਸ ਲੈਵਲ ਤੱਕ ਕਰਨੀ ਚਾਹੀਦੀ ਆ। ਮਿਹਨਤ ਹਰ ਕੋਈ ਕਰਦਾ, ਬਟ ਰਾਜੂ ਵਰਮਾ ਬਣਨ ਦੇ ਲਈ ਮਿਹਨਤ ਵੀ ਰਾਜੂ ਵਰਮਾ ਭਾਜੀ ਵਾਲੀ ਕਰਨੀ ਪੈਣੀ ਆ। ਇਸ ਕਰਕੇ ਜਿੰਨੇ ਵੀ ਰਾਈਟਰਸ ਆ ਜਾਂ ਆਪਣੇ ਆਪਣੇ ਫੀਲਡ ਵਿੱਚ ਜੋ ਵੀ ਇਨਸਾਨ ਕੁਛ ਨਾ ਕੁਛ ਕਰਨਾ ਚਾਹੁੰਦਾ ਉਹ ਇੰਨੀ ਪਰਪੱਕਤਾ ਦੇ ਨਾਲ, ਇੰਨੀ ਲਗਨ ਦੇ ਨਾਲ ਕੰਮ ਕਰੋ ਜਿੰਨਾ ਕਿ ਰਾਜੂ ਵਰਮਾ ਭਾਜੀ ਕਰਦੇ ਆ। ਦੇਖਦੇ ਰਹੋ ਪੰਜਾਬੀ ਟੇਸ਼ਨ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।